गुड मॉर्निंग, सत श्री अकाल, नमस्कार। पंजाब सरकार तो मान्यता प्राप्त सीबर इंटरनेशनल विच तुहाडा स्वागत है। जो स्टूडेंट्स विदेश जाण दे चाहवन ने, सीबर उन्हां लई लेके आया है बहुत कुछ खास। सीबर तुहाडे लई केड़े नवे ऑफर्स लेके आया है, आओ जानते हां सीबर एक्सपर्ट्स तो। 2018 ਦੇ ਵਿੱਚ ਸੀਬਰ ਤੁਹਾਡੇ ਲਈ ਲੈ ਕੇ ਆਇਆ ਹੈ ਜੂਨ, ਜੁਲਾਈ ਐਂਡ ਅਗਸਤ ਇਨਟੇਕ ਫॉर ਆਸਟ੍ਰੇਲੀਆ। ਤੇ ਇਹਨਾਂ ਸਾਰੀਆਂ ਇਨਟੇਕਸ ਵਿੱਚ ਫੀਸ ਆਫਟਰ ਵੀਜ਼ਾ ਲਿੱਤੀ ਜਾਵੇਗੀ। ਜੀ ਹਾਂ, ਤੁਸੀਂ ਬਿਲਕੁਲ ਸਹੀ ਸੁਣਿਆ, ਸਾਰੀ ਫੀਸ ਵੀਜ਼ਾ ਲੱਗਣ ਤੋਂ ਬਾਅਦ। ਜੇ ਤੁਸੀਂ ਕਹਿਣਾ ਤੋਂ ਰਿਫਿਊਜ਼ ਹੋ ਤਾਂ ਘਬਰਾਉਣ ਦੀ ਕੋਈ ਲੋੜ ਨਹੀਂ, ਤੁਸੀਂ ਵੀ ਆਪਣਾ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਲੈ ਸਕਦੇ ਹੋ, ਕਿਉਂਕਿ ਸੀਬਰ ਕੋਲ ਹੈ 11 ਸਾਲ ਦਾ ਤਜਰਬਾ। QEAC ਐਂਡ ਇਸਾਨਾ ਸਰਟੀਫਾਈਡ ਵੀਜ਼ਾ ਕਾਉਂਸਲਰ ਅਤੇ 7000 ਤੋਂ ਵੀ ਵੱਧ ਵੀਜ਼ੇ ਲਵਾਉਣ ਦਾ ਮਾਣ। ਅਪਲਾਈ ਕਰਨ ਤੋਂ ਪਹਿਲਾਂ ਨਵੇਂ ਲੱਗੇ ਵੀਜ਼ੇ ਜ਼ਰੂਰ ਵੇਖੋ। This is the right time for plus 2 pass out students to join IELTS and get high score for their study visa. Jo students IELTS karna chahunde ne ya jinna bachchiyan de IELTS vich change band nahi aa rahe, Seabird unhan layi leke aaya hai highly qualified trainers, small batches, one to one speaking sessions, special grammar classes, easy classroom, high end infrastructure. Tusi apne ghar baith ke vi ਆਨਲਾਈਨ IELTS ਕਲਾਸਿਸ ਲੈ ਸਕਦੇ ਹੋ। ਜਿਨ੍ਹਾਂ ਬੱਚਿਆਂ ਦਾ ਗੈਪ ਬਹੁਤ ਵੱਧ ਚੁੱਕਿਆ ਹੈ ਤੇ ਜਿਹੜੇ ਬੱਚੇ IELTS ਕਰਨਾ ਹੀ ਨਹੀਂ ਚਾਹੁੰਦੇ, ਸੀਬਰਡ ਉਹਨਾਂ ਲਈ ਵੀ ਲੈ ਕੇ ਆਇਆ ਹੈ ਇੱਕ ਬਹੁਤ ਹੀ ਸੇਫ ਤੇ ਵੈਲ ਡਿਵੈਲਪ ਕੰਟਰੀ ਦਾ ਸਟੱਡੀ ਵੀਜ਼ਾ। ਇਸ ਕੰਟਰੀ ਦਾ ਨਾਮ ਹੈ ਸਾਊਥ ਕੋਰੀਆ। ਜੀ ਹਾਂ, ਸੀਬਰਡ ਲੈ ਕੇ ਆਇਆ ਤੁਹਾਡੇ ਲਈ ਸਾਊਥ ਕੋਰੀਆ ਦਾ ਸਟੱਡੀ ਵੀਜ਼ਾ, ਉਹ ਵੀ ਬਿਨਾਂ IELTS ਤੋਂ। ਸਾਡੇ ਪੰਜਾਬੀ ਵੀਰਾਂ ਦਾ ਵੀ ਇਸ ਦੇਸ਼ ਬਾਰੇ ਹਮੇਸ਼ਾ ਤੋਂ ਇਹੀ ਕਹਿਣਾ ਹੈ ਇਸ ਦੇਸ਼ ਵਿੱਚ ਹੈ ਵੱਧ ਕਮਾਈ ਤੇ ਘੱਟ ਖਰਚੇ। ਸੀਬਰਡ ਡਾਕਟਰਸ ਤੇ ਨਰਸਸ ਲਈ ਇੱਕ ਬਹੁਤ ਹੀ ਸਪੈਸ਼ਲ ਪ੍ਰੋਗਰਾਮ ਲੈ ਕੇ ਆਇਆ ਹੈ ਜਿਸ ਦਾ ਨਾਮ ਹੈ OET। ਜੀ ਹਾਂ, OET ਐਗਜ਼ਾਮ ਕਲੀਅਰ ਕਰਕੇ ਡਾਕਟਰਸ ਤੇ ਨਰਸਸ ਆਸਟ੍ਰੇਲੀਆ, ਨਿਊਜ਼ੀਲੈਂਡ, UK ਅਤੇ ਬਹੁਤ ਸਾਰੇ ਦੇਸ਼ਾਂ ਵਿੱਚ ਬਣਾ ਸਕਦੇ ਨੇ ਆਪਣਾ ਕਰੀਅਰ ਤੇ ਹੋ ਸਕਦੇ ਨੇ PR। ਵੀ ਆਲਸੋ ਪ੍ਰੋਵਾਈਡ OET ਆਨਲਾਈਨ ਕਲਾਸਸ। OET ਕਰਕੇ IELTS ਕਰਨ ਦੀ ਕੋਈ ਲੋੜ ਨਹੀਂ। ਤੁਹਾਡੇ ਸੁਪਨੇ ਸਾਡਾ ਫਰਜ਼, ਦੇਸ਼ ਤੋਂ ਵਿਦੇਸ਼ ਤੱਕ ਅਸੀਂ ਹਾਂ। ਇਹ ਸਾਰੀ ਜਾਣਕਾਰੀ ਡਿਟੇਲਸ ਪ੍ਰਾਪਤ ਕਰਨ ਲਈ ਤੁਸੀਂ ਸਾਨੂੰ ਇਹਨਾਂ ਨੰਬਰਸ ਤੇ ਕੰਟੈਕਟ ਕਰ ਸਕਦੇ ਹੋ ਜਾਂ ਵਿਜ਼ਿਟ ਕਰ ਸਕਦੇ ਹੋ ਇਸ ਐਡਰੈਸ ਤੇ।